ਕੋਰੋਨਾ ਵਾਇਰਸ ਨੂੰ ਲੈ ਕੇ ਜੋ ਲੋਕਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣਿਆ ਹੋਇਆ, ਉਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਅੰਦਰ, ਪੂਰੇ ਵਿਸ਼ਵ ਭਰ ਦੇ ਵਿੱਚ ਲੋਕਾਂ ਦੇ ਅੰਦਰ ਇੱਕ ਡਰ ਜਿਹਾ ਮਾਹੌਲ ਬਣਿਆ ਗਿਆ। ਲੋਕਾਂ ਦੀ ਇੱਥੇ ਇੰਨੀ ਕੁ ਸਮੱਸਿਆ ਆ ਰਹੀ ਹੈ ਕਿ ਲੋਕਾਂ ਨੂੰ ਕਿਸੇ ਨੂੰ ਖਾਣਾ ਨਹੀਂ ਮਿਲ ਰਿਹਾ, ਕਿਸੇ ਨੂੰ ਕੋਈ ਦੁੱਧ ਨਹੀਂ ਮਿਲ ਰਿਹਾ। ਇੱਥੇ ਬਹੁਤ ਜ਼ਿਆਦਾ ਸਾਡੇ ਇੱਥੇ ਕੁਛ ਇਹੋ ਜਿਹੇ ਲੋਕ ਮੌਜੂਦ ਹੈਗੇ ਆ ਜਿਹੜੇ ਲੇਬਰ ਕਲਾਸ ਆ, ਜਿਹੜੇ ਕੰਮ ਕਾਰ ਕਰਦੇ ਆ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇਹਨੂੰ ਦਿਖਾਇਆ ਜਾਵੇ ਕਿੱਦਾਂ ਭੁੱਖੇ ਭਾਣੇ ਉਹ ਖੜ੍ਹੇ ਇੱਥੇ, ਜਿਹੜੇ ਕਹਿ ਰਹੇ ਆ ਕਿ ਸਾਨੂੰ ਬਿਲਕੁਲ ਖਾਣਾ ਨਹੀਂ ਮਿਲ ਰਿਹਾ, ਕੋਈ ਰਾਸ਼ਨ ਨਹੀਂ ਮਿਲ ਰਿਹਾ ਹੈਗਾ। ਮੈਂ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਨਾ ਚਾਹੂੰਗਾ, ਉਹਨਾਂ ਪੁੱਛਾਂਗੇ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਹੈ, ਆਹ ਚੋਂ ਨਿਕਲ ਕਰਨੀ ਹੈ ਜੀ। ਕਿਆ ਨਾਮ ਹੈ ਆਪਕਾ ਜੀ? ਮੇਰਾ ਨਾਮ ਹਰਿਕੇਸ਼ਵਰ ਹੈ ਜੀ। ਹਰਿਕੇਸ਼ ਜੀ, ਕਿਆ ਦਿੱਕਤ ਆ ਰਹੀ ਆ? ਸਰ ਜੀ, ਬਹੁਤ ਦਿੱਕਤ ਆ ਰਹੀ ਹੈ ਜੀ। ਰਾਸ਼ਨ ਪਾਣੀ ਘਰ ਮੈਂ 2 ਦਿਨ ਸਮੇਂ ਨਹੀਂ ਖਾਣਾ ਖਾਇਆ ਜੀ। ਹਾਂਜੀ, ਨਾ ਕੋਈ ਰਾਸ਼ਨ ਪਾਣੀ ਸਰਕਾਰ ਭੇਜ ਰਹੀ ਹੈ, ਖਾਲੀ ਬੋਲਤੇ ਕਿ ਹਮ ਰਾਸ਼ਨ ਕਾ ਇੰਜਾਮ ਹਮ ਕਰ ਰਹੇ ਹੈਂ, ਅਭੀ ਕੁਛ ਨਹੀਂ ਆਇਆ ਜੀ। ਬਤਾਈਏ ਹਮ ਲੋਗ ਕਿਆ ਕਰੇ, ਮਜ਼ਦੂਰ ਆਦਮੀ। ਮਤਲਬ ਅਗਰ ਪ੍ਰਸ਼ਾਸਨ ਕੀ ਤਰਫ ਸੇ ਆਪਕੇ ਯਹਾਂ ਪੇ ਕੋਈ ਆਇਆ? ਕੋਈ ਨਹੀਂ ਆਇਆ ਜੀ। ਕਿਤਨੇ ਦਿਨ ਹੋ ਗਏ? ਅਗਰ ਰਾਸ਼ਨ ਐਸੇ ਕਰਫਿਊ ਲਗਾ ਹੋਇਆ ਜੈਸੇ 14 ਤਰੀਕ ਕਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਕਿ 14 ਤਰੀਕ ਤੱਕ ਕਰਫਿਊ ਲਗਾ ਰਹੇਗਾ। ਹਾਂਜੀ, ਠੀਕ ਹੈ ਨਾ, ਉਸ ਕੇ ਆਗੇ ਪਰੇਸ਼ਾਨੀ ਆ ਰਹੀ ਹੋਗੀ ਕਾਫੀ? ਸਭ ਜੀ ਪਰੇਸ਼ਾਨੀ ਤਾਂ ਹੀ ਹੈ, ਕੁਛ ਤਾਂ ਲੋਕ ਬਿਮਾਰੀ ਸੇ ਮਰ ਜਾਏਂਗੇ ਔਰ ਕੁਛ ਲੋਕ ਭੁੱਖਮਰੀ ਸੇ ਮਰ ਜਾਏਂਗੇ ਜੀ। ਇਹ ਤਾਂ ਹੁਣ ਹੋਗਾ ਜੀ। ਸਾਡੇ ਨੇ ਇੱਥੇ ਹੋਰ ਵੀ ਲੋਕ ਮੌਜੂਦ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਕੀ ਸਮੱਸਿਆ ਆ ਰਹੀ ਹੈ। ਹਾਂਜੀ, ਕੀ ਨਾਮ ਹੈ ਆਪਣਾ? ਰਾਮੂ ਤਿਵਾਰੀ। ਗੈਸ ਵੀ ਕਹੀਂ ਨਹੀਂ ਭਰਾ ਪਾਏ, ਆਟਾ ਲੈਣੇ ਗਏ, ਚਾਵਲ ਲੈਣੇ ਗਏ, ਕਹੀਂ ਨਹੀਂ ਮਿਲਾ। ਔਰ ਮੈਂ ਚਾਰ ਗੋੜੀ ਘੁੰਮ ਰਹੇ, ਕਹੀਂ ਨਹੀਂ ਮਿਲ ਰਿਹਾ, ਦੋ ਰੋਜ਼ ਸੇ ਖਾਣਾ ਨਹੀਂ ਖਾਏ ਹੈ। ਔਰ ਸਬਜ਼ੀ ਮਹਿੰਗ ਹੋ ਗਿਆ ਹੈ, ਸਬਜ਼ੀ ਵੀ ਨਹੀਂ ਮਿਲ ਰਿਹਾ ਹੈ, ਤੋ ਇਸ ਲਈ ਬਹੁਤ ਪਰੇਸ਼ਾਨੀ ਹੈ ਸਰ। ਅਗਰ ਜੇ ਆਪਕੋ ਰਾਸ਼ਨ ਨਹੀਂ ਮਿਲਾ, ਆ ਰਹੇ ਟਾਈਮ ਮੇਂ ਅਗਰ ਨਹੀਂ ਮਿਲਾ, ਫਿਰ ਆਪ ਅੱਗੇ ਕੀ ਕਰੋਗੇ ਆਪ? ਉਹ ਕੁਛ ਨਾ ਕੁਛ ਕਰੇਂਗੇ, ਚਾਵਲ ਰਹੇਗਾ, ਚਾਵਲ ਖਾ ਲੇਂਗੇ, ਆਟਾ ਰਹੇਗਾ, ਆਟਾ ਖਾ ਲੇਂਗੇ, ਸੁੱਖ ਰੁੱਖ ਸੁੱਖ ਖਾ ਕੇ ਐਸੇ ਬਿਤਾ ਦੇਂਗੇ, ਕੀ ਕਰੇਂਗੇ? ਨਹੀਂ, ਯਹਾਂ ਪੇ ਆਪਕੋ ਕਿਸੇ ਸ਼ੌਪ ਸੇ ਜਾਂ ਦੁਕਾਨ ਸੇ ਕਈ ਸਮਾਨ ਮਿਲ ਨਹੀਂ ਰਿਹਾ ਆਪਕੋ? ਨਹੀਂ ਮਿਲ ਰਿਹਾ ਸਰ। ਉਹ ਕੀ ਕਹਿੰਦੇ? ਉਹ ਦੁਕਾਨ ਵੀ ਬੰਦ ਕਰਾ ਦਈਏ। ਅੱਛਾ, ਹਾਂ ਜੀ। ਇੱਥੇ ਹੋਰ ਵੀ ਮਹਿਲਾਵਾਂ ਹੈਗੀਆਂ, ਉਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਕੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਕਰਫਿਊ ਨੂੰ ਲੈ ਕੇ। ਠੀਕ, ਕੀ ਨਾਮ ਹੈ ਆਪਣਾ? ਜੀ, ਬਬੀਤਾ ਦੇਵੀ ਨਾਮ ਹੈ। ਕੀ ਦਿੱਕਤ ਆ ਰਹੀ ਆਪਕੋ? ਦਿੱਕਤ ਤਾਂ ਸਭ ਕੁਛ ਕਾ ਹੈ ਸਰ, ਨਾ ਰੂਮ ਮੇ ਗੈਸ ਹੈ, ਨਾ ਰਾਸ਼ਨ ਹੈ, ਰਾਸ਼ਨ ਜਾਓ ਲਾਣੇ ਤਾਂ ਉਸਮੇ ਵੀ ਮਹਿੰਗਾ ਮਿਲਤਾ ਹੈ, ਗਰੀਬ ਆਦਮੀ ਕਹਾਂ ਸੇ ਰਾਸ਼ਨ ਪਾਣੀ ਲਾਏਂਗੇ। ਭੂ ਇੱਕ ਬੱਚਾ, ਉਹ ਵੀ ਭੁੱਖਾ ਸੋਇਆ ਹੈ, ਛੋਟਾ, ਉਹ ਵੀ ਦੋ ਪੈਕਟ ਬਿਸਕੁਟ ਥਾ ਉਸਮੇ ਵੀ ਖਿਲਾ ਰਹੇ ਥੇ, ਨਹੀਂ ਹੈ ਕੁਛ ਵੀ ਨਹੀਂ, ਰਾਸ਼ਨ ਪਾਣੀ ਖਤਮ ਹੈ, ਗੈਸ ਥਾ, ਗੈਸ ਵੀ ਖਤਮ ਹੋ ਗਿਆ। ਮੋਦੀ ਸਰਕਾਰ ਤਾਂ ਕਹਤੇ ਤੇ ਇਹ ਦੇਂਗੇ, ਉਹ ਦੇਂਗੇ, ਕਹਾਂ ਵੀ ਤਾਂ ਕੁਛ ਹੈ, ਸਭ ਭੁੱਖੇ ਮਰ ਜਾਏਂਗੇ, ਬਿਮਾਰੀ ਤੋਂ ਬਾਅਦ ਵੀ ਮਰੇਂਗੇ ਸਭ। ਨਹੀਂ, ਆਪਦੇ ਯਹਾਂ ਪੇ ਕਿਸੇ ਕੋ ਕੋਈ ਯਹਾਂ ਕੇ ਗਾਉਂ ਕਾ ਕੋਈ ਮੁਖੀਆ ਹੈ? ਨਹੀਂ, ਯਹਾਂ ਪਰ ਕੋਈ ਮੁਖੀਆ ਉਖਿਆ ਨਹੀਂ ਹੈ। ਹਮ ਲੋਕ ਤਾਂ ਬਾਹਰ ਮੇ ਆਏ, ਰੋਜੀ ਰੋਟੀ ਖਾਤੇ ਹੈ, ਕਮਾਤੇ ਤੋ ਅਭੀ ਵੀ ਕੰਪਨੀ ਬੰਦ ਹੈ, ਰੂਮ ਕਿਰਾਇਆ ਦੇਣਾ, ਕਹਾਂ ਸੇ ਸਭ ਕੁਛ ਕਰੇਂਗੇ, ਕੁਛ ਵੀ ਨਹੀਂ ਹੈ। ਸਾਡੇ ਨਾਲ ਤਾਂ ਹੋਰ ਵੀ ਲੋਕੀ ਮੌਜੂਦ ਹੈ, ਆਪਾਂ ਉਹਨਾਂ ਨੂੰ ਜਾਣਾਂਗੇ ਉਹਨਾਂ ਨੂੰ ਕੀ ਦਿੱਕਤ ਆ ਰਹੀ ਹੈ। ਹਾਂਜੀ, ਕਿਆ ਨਾਮ ਹੈ ਆਪਕਾ? ਰਾਮ ਪ੍ਰਸਾਦ। ਇੱਕ ਤਾਂ ਇਹ ਹਮ ਲੋਕ ਕੋ ਦਿੱਕਤ ਇਹ ਹੈ, ਇੱਕ ਤਾਂ ਰਾਸ਼ਨ ਪਾਣੀ ਬੰਦ ਹੈ, ਉੱਪਰ ਸੇ ਇੱਕ ਜੋ ਦੁਕਾਨ ਵੀ ਖੁੱਲਤੇ ਹੈ ਤਾਂ ਪੁਲਿਸ ਵਾਲਾ ਲਾਠੀ ਚਾਰਜ ਕਰਤੇ ਹੈ, ਜੋ ਆਲੂ ਦੇਤਾ ਥਾ 20 ਰੁਪਏ ਉਹ ਦੇ ਰਹਾ 60 ਰੁਪਏ ਕਿਲੋ, ਹਮ ਚਾਰ ਬੱਚੇ ਵਾਲੇ ਹੈ, ਕਹਾਂ ਜਾਏਂਗੇ, ਕਹਾਂ ਕਿਆ ਖਾਏਂਗੇ, ਕਿਆ ਪੀਏਂਗੇ? ਅਬ ਕਿਆ ਆਪਕੋ ਮੇਨ ਦਿੱਕਤ ਕਿਆ ਆ ਰਹੀ ਹੈ? ਕੋਈ ਦੂਧ ਜਾਂ ਰਾਸ਼ਨ ਵਗੈਰਾ ਕੋਈ ਆ ਰਹਾ ਯਹਾਂ ਪੇ ਆਪਕੋ? ਕੁਛ ਵੀ ਨਹੀਂ ਆ ਰਹਾ, ਕੋਈ ਯਹਾਂ ਪੇ ਮਦਦ ਕਰਨੇ ਵਾਲੇ ਨਹੀਂ ਹੈ, ਦੇਗਾ ਕੌਣ? ਦੁਕਾਨ ਖੁੱਲਤਾ, ਉਹ ਵੀ ਪੁਲਿਸ ਵਾਲਾ ਲਾਠੀ ਚਾਰਜ ਕਰ ਦਿੱਤੇ ਹੈ, ਬੰਦ ਕਰੋ, ਬੰਦ ਕਰੋ। ਪੰਜਾਬ ਸਰਕਾਰ ਤਾਂ ਇਤਨੇ ਬੜੇ ਦਾਅਵੇ ਕਰ ਰਹੀ ਹੈ ਕਿ ਹਰ ਬੰਦੇ ਕੋ ਬਾਹਰ ਨਾ ਨਿਕਲੋ ਆਪ, ਕੋਈ ਰਾਸ਼ਨ ਨਾ ਕਰੋ, ਆਕੋ ਯਹਾਂ ਪੇ ਹਮ ਲੋਗ ਕੋ ਤਾਂ ਅਭੀ 1 ਕਿਲੋ ਰਾਸ਼ਨ ਤੱਕ ਨਹੀਂ ਮਿਲਾ। ਅੱਛਾ, ਆਪਕੋ ਅਭੀ ਤੱਕ ਕੋਈ ਰਾਸ਼ਨ ਨਹੀਂ ਮਿਲਾ? ਕਿਤਨੇ ਦਿਨ ਸੇ ਆਪਕੋ ਰਾਸ਼ਨ ਮਿਲਾ? ਜਬ ਸੇ ਇਹ ਲਗਾ, ਜਬ ਸੇ ਕੋਈ ਮਿਲਾ ਹੀ ਨਹੀਂ। ਚਾਰ ਬੱਚੇ ਹੈ, ਉਹ ਭੁੱਖੇ ਮਰ ਜਾਏਂਗੇ। ਜੋ ਵੀ ਦੁਕਾਨ ਮਾੜਾ ਮੋਟਾ ਖੁੱਲਾ ਰਹਾ ਥਾ, ਉਹ ਵੀ ਪੁਲਿਸ ਵਾਲਾ ਡੰਟੇ ਚਾਰਜ ਕਰ ਦਿੱਤੇ ਹੈ, ਜੋ ਆਲੂ ਥਾ 20 ਰੁਪਏ ਉਹ ਕਰ ਦਿਆ 50 ਰੁਪਏ, ਜੋ ਪਿਆਜ ਥਾ 30 ਰੁਪਏ ਉਹ ਕਰ ਦਿਆ 80 ਰੁਪਏ। ਕਿਆ ਕਰ ਸਕਤੇ ਗਰੀਬ ਜਨਤਾ? ਅਬ ਕਿਆ ਮੰਗ ਕਰਤੇ ਆਪ? ਹਮ ਲੋਗ ਕੋ ਤਾਂ ਇਹੀ ਮੰਗ ਕਰਤੇ ਹੈ, ਜੋ ਖਾਣੇ ਪੀਣੇ ਕੋ ਮਿਲ ਜਾ, ਇਸਕਾ ਸਹੂਲੀਅਤ ਹੱਲ ਕੀਆ ਜਾ, ਇਹੀ ਕਰ ਸਕਤੇ ਹੈ। ਇੱਥੇ ਸਾਡੇ ਨਾਲ ਜਨਾਲੀ ਦੇ ਵਿੱਚ ਹੋਰ ਵੀ ਲੋਕ ਮੌਜੂਦ ਹੈਗੇ ਆ, ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿ ਉਹਨਾਂ ਨੂੰ ਕਿਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਆ ਨਾਮ ਹੈ ਆਪਣਾ? ਉਮੇਸ਼ ਸਰ।
क्या दिक्कत आ रही है? दिक्कत सर है, मैं ड्यूटी करके आया सर, उस दिन प्लांट बंद कर दिए गए, फैक्ट्री बंद कर दिए, लोग लगे धारा लगा दिए, उसके बाद घर में आया तो राशन भी ले लिया, फैक्ट्री से पैसा भी नहीं मिला, कुछ राशन भी पता ही है घर में नहीं खाने पीने के लिए, कोई इसी बात दुकान वाला जाओ तो कोई राशन नहीं देता है, पुलिस प्रशासन के पास जाओ तो सोटी मारता है। अब यही प्रॉब्लम है सर, या तो हम लोग पिंड भेज दिया जाए यहाँ से आया तो कोई व्यवस्था किया जाए सर। नहीं अब जैसे सभी ट्रांसपोर्ट बंद है, बसें बंद है, ट्रेन बंद है, अब जाने में दिक्कत है, यहाँ पर आपको राशन नहीं मिल रहा, फिर आप कैसे गुजारा कैसे करोगे सर? मेरे घर में तो कुछ है नहीं, थोड़े 2 किलो चावल था उसी को थोड़ी थोड़ी बना के खाएं सर, और क्या करें सर? क्या मांग करते हो आप? मांग करते सारे सर, हमको व्यवस्था दिया जाए ना तो हमको पिंड भेज दिया जाए, और क्या व्यवस्था करना, अपने जाकर वहाँ रोजी रोट नमक रोटी तो खा सकते हैं। साढ़े ने इतने होर भी अजनाले के लोग मौजूद है, असं उन्होंने पूछांगे कि सर जी इतने लोगों समस्या सामना करना पै रहा है। सारे तो पहला जी मेरी प्यार भरी सब सत श्री अकाल जी, मैं पहला तो पुलिस वालों का डॉक्टरों का बहुत तहे दिलों धन्यवाद करदा जिन्हां करके जो ये महामारी फैल रही उसनू रोक लगी हुई है, पर उत्थी मैं गोविंदगढ़ की म्यूनसीपल कमेटी तो सरकारी प्रशासन जो फतेहगढ़ साहब है उन्होंने निंदा भी करदा, क्योंकि ये जी समान की लिस्ट उन्होंने भेजी है सानू मैडिकल स्टोर की सब्जियां की, ये सिर्फ गोविंदगढ़ तक ही सीमित है, और उत्थे भी मेडिकल स्टोर वाले फोन करते बंद होंगे ने, सानू सारे पिंड शिकायत मिलती ने, असं वो की कर सकते हैं, असं उपर फोन करते हैं सानू भी जवाब मिल जाता, मतलब कि इतने कितने ना कि म्यूनसीपल कमेटी तो फतेहगढ़ प्रशासन की यह लापरवाही है भी ये पिंड कोई समान नहीं मिल रहा, जे पिंड वाले घरों बाहर जाते समान लैन वास्ते तो पुलिस वाले उन्होंने डांगा मारते हैं, चलो पुलिस वाले अपनी ड्यूटी कर रहे हैं, पर यह गरीब जनता बेचारी कितने जाए, असं प्रशासन को यही बेनती करते हैं भी कल कल के घर जो जो समान चाहिए वो पहुँचाया जाए, जे वो नहीं कुछ कर सकती तो गरीब जनता को छूट दी जाए भी अपना अपना जाके समान राशन तो लै सकन। सरपंच साहब तो इतने तुम किसी अपने नगर कौंसल या कोई जिथे सब्जी वाले एक यूनिट बनी हुई, मेरी सुभाष वर्मा जी जिहड़े सीगे अपने जी उन्होंने भी मेरी गल हुई थी, उन्होंने मैंने कल भी कहा जी थोड़ा असं 1-2 दिन के नंबर प्रोवाइड करांगे जिहड़े सब्जियां देवांगे, असं साडे पिंड दे विच हुण इन्ना बुरा हाल हो चुका जिहड़े बेचारे भई दिहाड़ी करके रोटी खांदे सी, रेहड़ी वगैरह जिहड़ी आउंदी है जी सरकारी रेहड़ी कोई नहीं है जिहड़ी पंचायत करनी उत्थों अपने वाली म्यूनसीपल कमेटी करनी सी, जिहड़े प्राइवेट बेचते हैं उन्हां दा कीमत इन्नी हो चुकी जिहड़ी 20 रुपए वाली चीज़ सी 50 रुपए वाली हो चुकी जी, मतलब एक काला बाजारी चल रही है इस टाइम, बीमारी नूं कोई नहीं देख रहा है, सिर्फ एक पैसे इकट्ठे करन दी दौड़ हजे भी लगी हुई है लोगों नूं, लोगों नूं ये नहीं पता भी जे बददुआ नाल मर सकते हैं तो फिर पता नहीं की हो सकता है, सो मैं प्रशासन नूं भी यही बेनती करूँगा कि पिंडां दे विच जिवें हुण तुसीं समस्या साडी सुनी है ये अगे पहुँचाई जाए, पिंडां दे विच जिहड़े दिहाड़ीदार बंदे ने जिहड़े इस टाइम बेचारे दिहाड़ी नहीं कर सकते हैं उन्हां कोल खाण नूं रोटी भी नहीं है, उन्होंने किसी ना किसी तरीके कल कल कमरे के या कल कल बंद किसी की ड्यूटी लाई जाए भी उन्होंने रोटी मुहैया करवाई जाए ताकि यह महामारी ज़्यादा ना फैल सके, क्योंकि जिम्मे हूँ लोग बड़ा साथ देंगे ने भी बाहर नहीं निकलते हैं, हूँ इकट्ठ किया लोगों ने या लोगों की समस्या हल नहीं हो तो फिर इकट्ठ करना पेगा उन्होंने, फिर प्रशासन तक गल पहुँचाने वास्ते जो इकट्ठ होगा तो फिर महामारी मेरे हिसाब से फैलूगी रुकती नहीं हैगी। यह से साढ़े ना मंडी गोविंदगढ़ के जिहड़े इत्थे जिन्ने भी प्रवासी लोग रहिंदे हैगे आ जिन्होंने अपनी इत्थे समस्या दसिया हैगियां, एक करोना वायरस की बीमारी महामारी की मार लैके इत्थे लोगों तक राशन नहीं पहुँच रहा है, वो अपने इत्थे दुखड़ा रो रहा कि साढ़े इत्थे राशन नहीं आता तो असं कित्थे जावांगे, नहीं तो सानू सरकार अपने पिंडां च भेज देण जिथे असीं जाके नूर रोटी जाके खा सकते हैं, असं इत्थे यही गल कहना चाहवांगे कि सरकार नूं इन्हां वल ध्यान देना चाहिए है, जो इन्हां दी दिक्कत आ रही है इन्हों के उपर जो भी कोरोना वायरस लैके जो महामारी पाई हुई है लोगों के अंदर उन्हें जो समस्या है इन्होंने अंदर आके सुन के इन्होंने अंदर घर राशन पहुँचाना चाहिए है और सब्जी पानी चाहिए है, इन्होंने बच्चे भी इस टाइम सुन च आया कि बच्चे इन्हें भुखे है इन्होंने दुध नहीं मिल रहे हैं, ठीक है अपनी सरकार तो यही बेनती करता है तो मैं अपने चैनल राही इन्हें बेनती करना चाहते हैं कि इन्हों की आके जो भी है समस्या सुनिया जा सुन के इनका हल किया जाए। दैनिक सवेरा तो संजय सैनी मंडी गोविंदगढ़। All World Open Challenge 17-time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।